ਅਤੇ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਮਾੜਾ ਕੀਤਾ, ਇਹਦੇ ਜ਼ਿੰਮੇਵਾਰ ਲੋਕ ਹੈ ਜਿਹੜੇ, ਉਹਨਾਂ ਨੂੰ ਵੀ ਨੰਗਿਆਂ ਕਰਨਾ ਚਾਹੀਦਾ, ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ, ਅਤੇ ਜਿਹੜੀ ਹੁਣ ਜਿੰਨੀ ਇਹਨਾਂ ਨੇ ਢਾਤੀ ਹੈ ਇਹਨੂੰ ਮੜ ਕੇ ਰੱਖਣਾ ਚਾਹੀਦਾ, ਅਤੇ ਤਾਂ ਕਿ ਆਉਂਦੀਆਂ ਨਸਲਾਂ ਨੂੰ ਪਤਾ ਲੱਗੇ ਕਿ ਇਹ ਲੋਕ ਜਿਹੜੇ ਆ ਖਰੀਦੇ ਹੋਏ ਲੋਕ ਹੈ ਜਾਂ ਜਿਹੜੇ ਕਾਰ ਸਾਹਿਬਾਂ ਦੇ ਨਾਂ 'ਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ, ਇਹ ਮੁੜ ਕੇ ਕਦੇ ਨਾ। ਇੱਕ ਬੀਬੀ ਜਗੀਰ ਕੌਰ ਜਿਹੜੇ ਹੈਗੇ ਉਹ SGPC ਦੇ ਨੇ, ਖਾਸ ਨੇ, ਪਰ ਜਦੋਂ ਆਹ ਚੀਜ਼ ਵਾਪਰੀ ਉਹਨਾਂ ਨੂੰ ਚਾਹੀਦਾ ਨਹੀਂ ਸੀ ਹੋਣਾ ਕਿ ਕਿੰਨਾ ਹੀ ਕੀਤਾ, ਕਿਉਂ ਕੀਤਾ? ਨਹੀਂ ਜੀ, ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੀ ਪ੍ਰੋਬਲਮ ਹੈ ਉਹਦੀ, ਕਿਉਂ ਨਹੀਂ ਆਈ ਉਹ, ਅਤੇ ਆਉਣਾ ਚਾਹੀਦਾ ਸੀ। ਪਰ ਤੁਸੀਂ ਦੋਨੇ ਕੈਂਡੀਡੇਟ ਜੋ, ਤੁਸੀਂ ਆਏ ਜੋ, ਤੁਸੀਂ ਉਹਨਾਂ ਕਿਹਾ ਕਿ ਆਉਣਾ ਚਾਹੀਦਾ, ਪਰ ਤੁਹਾਡਾ ਮਨ ਕੀ ਕਹਿੰਦਾ ਵਾ, ਕੀ ਹੋਣਾ ਚਾਹੀਦਾ ਹੁਣ? ਹੁਣ ਉਸੇ ਵੇਲੇ ਫੌਰਨ ਪਹੁੰਚਣਾ ਚਾਹੀਦਾ, ਆਉਣਾ ਚਾਹੀਦਾ ਸੀਗਾ, ਅਤੇ ਸੰਗਤ ਦਾ ਸਾਹਮਣਾ ਵੀ ਕਰਨਾ ਚਾਹੀਦਾ ਸੀ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਐਜ਼ ਪ੍ਰਧਾਨ ਵੀ ਰਹੇ ਆ, ਅਤੇ ਅੱਜ ਵੀ ਦਾਅਵਾ ਕਰਦੇ ਆ ਕਿ ਸ਼੍ਰੋਮਣੀ ਕਮੇਟੀ 'ਚ ਮੈਂ ਬੜਾ ਕੰਮ ਕੀਤਾ, ਅਤੇ ਜੇ ਉਹਨਾਂ ਨੇ ਜੇ ਉਹਨਾਂ ਨੂੰ ਇਹ ਵੀ ਦੁੱਖ ਨਹੀਂ ਲੱਗਦਾ ਤਾਂ ਫਿਰ ਮਾੜੀ ਗੱਲ ਹੈ।